ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਤੇ। ਅਤੇ ਇਸ ਵੀਡੀਓ 'ਚ ਮੈਂ ਤੁਹਾਡੇ ਨਾਲ ਜਿਹੜਾ ਪੁਸਤਕਾਂ ਮੰਗਵਾਉਣ ਲਈ ਪੁਸਤਕ ਵਿਕਰੇਤਾ ਨੂੰ ਜਿਹੜਾ ਚਿੱਠੀ ਪੱਤਰ ਹੈ ਉਹ ਕਿਵੇਂ ਲਿਖਿਆ ਜਾਂਦਾ ਵਾ ਉਹ ਸ਼ੇਅਰ ਕਰੂੰਗੀ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕੁਐਸਟ ਹੈ, ਜੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਇਹਨੂੰ ਸਬਸਕ੍ਰਾਈਬ ਕਰ ਲਿਓ। ਤਾਂ ਚਲੀਏ ਵੀਡੀਓ ਸ਼ੁਰੂ ਕਰਦੇ ਹਾਂ। ਪੁਸਤਕਾਂ ਮੰਗਵਾਉਣ ਲਈ ਪੁਸਤਕ ਵਿਕਰੇਤਾ ਨੂੰ ਚਿੱਠੀ ਲਿਖੋ। ਇਹਦੇ ਵਿੱਚ ਸਭ ਤੋਂ ਪਹਿਲਾਂ ਕਿ ਆਪਾਂ ਆਪਣਾ ਜਿਹੜਾ ਪਤਾ ਵਾ, ਆਪਣਾ ਐਡਰੈਸ ਆ, ਉਹ ਲਿਖਣਾ ਵਾ। ਜਿਵੇਂ ਮੈਂ ਇੱਥੇ ਲਿਖਿਆ ਵਾ 120 ਆਦਰਸ਼ ਨਗਰ ਜਲੰਧਰ, ਅਤੇ ਜਿੰਨੀ ਵੀ ਮਿਤੀ ਨੂੰ ਆਪਾਂ ਇਹ ਚਿੱਠੀ ਪੱਤਰ ਲਿਖ ਰਹੇ ਹਾਂ ਉਹ ਲਿਖਣਾ ਵਾ। ਤੁਸੀਂ ਆਪਣਾ ਇੱਥੇ ਕੋਈ ਵੀ ਪਤਾ ਆਪਣੇ ਹਿਸਾਬ ਨਾਲ ਲਿਖ ਸਕਦੇ ਹੋ। ਅਤੇ ਉਸ ਤੋਂ ਅੱਗੇ ਆਪਾਂ ਲਿਖਦੇ ਹਾਂ ਸੇਵਾ ਵਿਖੇ ਮੈਨੇਜਰ ਸਾਹਿਬ ਮਲਹੋਤਰਾ ਪਬਲੀਕੇਸ਼ਨਸ। ਇੱਥੇ ਤੁਸੀਂ ਕੋਈ ਵੀ ਨਾਮ ਲਿਖ ਸਕਦੇ ਹੋ, ਉਹ ਮਤਲਬ ਉਸ ਜਿਹੜੇ ਪਬਲੀਕੇਸ਼ਨ ਦਾ ਐਡਰੈਸ ਹੈ ਉਹ ਆਪਾਂ ਇੱਥੇ ਲਿਖਣਾ ਵਾ, ਪੁਰਾਣੀ ਰੇਲਵੇ ਰੋਡ ਲੁਧਿਆਣਾ। ਅਤੇ ਹੁਣ ਵਿਸ਼ਾ ਅੱਗੇ ਲਿਖਣਾ ਵਾ, ਵਿਸ਼ੇ ਵਿੱਚ ਆਪਾਂ ਕੀ ਲਿਖਦੇ ਹਾਂ ਕਿ ਜਿਹੜੀ ਵੀ ਚੀਜ਼ ਨਾਲ ਆਪਾਂ ਜਿਹੜੀ ਸੰਬੰਧਿਤ ਜਿਹੜੀ ਅਰਜ਼ੀ ਲਿਖ ਰਹੇ ਹਾਂ ਵਿਸ਼ੇ ਵਿੱਚ ਆਪਾਂ ਉਹ ਲਿਖਦੇ ਹਾਂ। ਹੁਣ ਇੱਥੇ ਆਪਾਂ ਕੀ ਪੁਸਤਕਾਂ ਮੰਗਵਾ ਰਹੇ ਹਾਂ, ਤਾਂ ਵਿਸ਼ੇ 'ਚ ਆਪਾਂ ਲਿਖਣਾ ਵਾ ਪੁਸਤਕਾਂ ਮੰਗਵਾਉਣ ਸੰਬੰਧੀ। ਉਸ ਤੋਂ ਥੱਲੇ ਸ਼੍ਰੀਮਾਨ ਜੀ ਕਿਰਪਾ ਕਰਕੇ ਮੈਨੂੰ ਹੇਠ ਲਿਖੀਆਂ ਪੁਸਤਕਾਂ VPP ਰਾਹੀਂ ਛੇਤੀ ਭੇਜਣ ਦੀ ਕਿਰਪਾਲਤਾ ਕਰਨਾ। ਪੁਸਤਕਾਂ ਸਜਿਲਦ ਅਤੇ ਨਵੇਂ ਸੰਸਕਰਨ ਦੀਆਂ ਹੋਣੀਆਂ ਚਾਹੀਦੀਆਂ ਹਨ। ਸਜਿਲਦ ਮਤਲਬ ਕਿ ਉਹਦੇ 'ਤੇ ਜਿਹੜੀ ਜਿਲਦ ਉਹ ਵੀ ਚੜ੍ਹੀ ਹੋਵੇ। ਅਤੇ ਪੁਸਤਕਾਂ ਦਾ ਬਿੱਲ ਵੀ ਨਾਲ ਹੀ ਭੇਜ ਦੇਣਾ। ਪੁਸਤਕਾਂ ਦੀ ਕੀਮਤ ਉੱਪਰ ਬਣਦਾ ਡਿਸਕਾਊਂਟ ਵੀ ਜ਼ਰੂਰ ਦੇਣਾ। ਪੁਸਤਕਾਂ ਦਾ ਵੇਰਵਾ ਇਹ ਹੈ। ਹੁਣ ਇਸ ਤੋਂ ਥੱਲੇ ਆਪਾਂ ਜਿਹੜੀਆਂ ਵੀ ਪੁਸਤਕਾਂ ਮੰਗਵਾਉਣੀਆਂ ਨੇ ਉਹ ਲਿਖਣੀਆਂ ਵਾ। ਪੰਜਾਬੀ ਭਾਸ਼ਾ ਦਾ ਵਿਆਕਰਨ 2 ਕਾਪੀਆਂ, ਮਤਲਬ ਆਪਾਂ ਨੂੰ ਉਹ ਕੀ ਹੈ ਉਸਦੀਆਂ 2 ਕਾਪੀਆਂ ਚਾਹੀਦੀਆਂ ਨੇ। ਪੰਜਾਬੀ ਲੇਖ ਰਚਨਾ 1 ਕਾਪੀ, ਇੰਗਲਿਸ਼ ਗਰਾਮਰ 2 ਕਾਪੀਆਂ, ਹਿੰਦੀ ਵਿਆਕਰਨ 2 ਕਾਪੀਆਂ। ਧੰਨਵਾਦ ਸਹਿਤ ਆਪ ਜੀ ਦਾ ਵਿਸ਼ਵਾਸ ਪਾਤਰ। ਉਸ ਤੋਂ ਥੱਲੇ ਜਿਹੜਾ ਵਾ ਤੁਸੀਂ ਆਪਣਾ ਨਾਮ ਲਿਖਣਾ ਵਾ। ਅਤੇ ਇਸ ਤਰ੍ਹਾਂ ਜਿਹੜਾ ਆਪਾਂ ਪੁਸਤਕਾਂ ਮੰਗਵਾਉਣ ਲਈ ਆ ਜਿਹੜਾ ਪੁਸਤਕ ਵਿਕਰੇਤਾ ਨੂੰ ਚਿੱਠੀ ਪੱਤਰ ਲਿਖਦੇ ਹਾਂ। ਉਮੀਦ ਹੈ ਵੀਡੀਓ ਵਧੀਆ ਲੱਗੀ ਹੋਊਗੀ। ਜੇ ਵਧੀਆ ਲੱਗੀ ਇਹਨੂੰ ਲਾਈਕ ਕਰ ਦਿਓ ਅਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ।